ਗੁੱਡ ਮਾਰਨਿੰਗ ਸਾਰਿਆਂ ਨੂੰ। ਦੇਖੋ ਕਿੰਨੀ ਠੰਡ ਆ, ਧੁੰਦ ਹੀ ਧੁੰਦ ਹੋਈ ਪਈ ਅੱਜ ਸਾਰੇ ਪਾਸੇ, ਪੂਰੀ ਧੁੰਦ, ਬੋਲ ਵੀ ਨਹੀਂ ਹੋ ਰਿਹਾ, ਦੰਦ ਵੱਜ ਰਹੇ ਨੇ ਸਾਰੇ ਪਾਸੇ ਧੁੰਦ। ਉਹ ਪਿੱਛੇ ਤੱਕ ਕਿੱਥੇ ਦਿਖਾਵਾਂ, ਕਿਵੇਂ ਦਿਖਾਵਾਂ, ਆਹ ਦੇਖੋ ਕੁਛ ਵੀ ਨਹੀਂ ਦਿਖ ਰਿਹਾ, ਇੰਨੀ ਜ਼ਿਆਦਾ ਧੁੰਦ ਆ। ਦੇਖੋ ਔਰ ਨਿੰਬੂ ਲੱਗਿਆ, ਕਿੰਨੂ ਲੱਗੇ, ਧੁੰਦ ਦੇ ਵਿੱਚ ਵਿਚਾਰੇ ਇਹ ਵੀ ਠੰਡੇ ਠੰਡੇ ਹੋਏ ਪਏ ਨੇ, ਜਿਵੇਂ ਫਰੀਜ਼ਰ 'ਚ ਲੱਗੇ ਹੁੰਦੇ ਨੇ। ਆਹ ਦੇਖੋ ਅੱਜ ਅਸੀਂ ਸੋਫੇ ਡਰਾਈ ਕਲੀਨ ਕਰਵਾਉਣ ਲੱਗੇ ਹਾਂ, ਅਤੇ ਉਹ ਵੀਰ ਜਿਹੜੇ ਆਏ ਨੇ ਅਤੇ ਉਹਨਾਂ ਨੇ ਹੁਣ ਸੋਫੇ ਪਹਿਲਾਂ ਬਾਹਰ ਕੱਢਣਗੇ, ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿਵੇਂ ਕਿਵੇਂ ਡਰਾਈ ਕਲੀਨ ਹੁੰਦੇ ਨੇ, ਕਿਉਂਕਿ ਮੈਂ ਵੀ ਫਸਟ ਟਾਈਮ ਹੀ ਦੇਖਣਾ ਇਹ ਸਾਰਾ ਕੁਛ। ਤੁਸੀਂ ਤਾਂ ਲੁਧਿਆਣੇ ਤੋਂ ਆਏ ਹੋ? ਹਾਂ ਨਹੀਂ, ਬਾਏ ਸੇ ਮੇਰਾ ਪਿੰਡ ਰਾਏਕੋਟ ਹੈ। ਓਕੇ ਠੀਕ ਹੈ। ਵੀਰ ਜੀ ਪਹਿਲਾਂ ਕਹਿੰਦੇ ਕਿ ਸੋਫੇ ਕਿਰੇ ਹੋ ਸੀਗਾ, ਵੀਰ ਜੀ ਇੰਨੇ ਹੈਵੀ ਸੋਫਿਆਂ ਨੂੰ ਚੱਕਣਾ ਕਿਹੜਾ ਸੌਖਾ। ਇਹ ਹੁਣ ਤੁਸੀਂ ਲਿਕੁਇਡ ਲਾਇਆ ਤੇ ਕੀ ਲਾ? ਓਕੇ, ਪਰ ਇਹ ਕੰਮ ਧੁੱਪ 'ਚ ਹੀ ਹੁੰਦਾ ਨਾ ਮੋਸਟਲੀ, ਕਿਉਂਕਿ ਬਰਸਾਤ ਵਾਲੇ ਦਿਨਾਂ 'ਚ ਕੋਈ ਕਹਿੰਦੇ ਨਾ ਕਿਸੇ ਨੂੰ ਡਰਾਈ ਕਲੀਨ ਕਰਨ ਲਈ ਮਨਾ ਕਰ ਦਿੰਦੇ ਨੇ, ਧੁੱਪ ਚਾਹੀਦੀ ਹੁੰਦੀ ਇਹਦੇ ਲਈ ਪ੍ਰੋਪਰ। ਹੁਣ ਜਿਵੇਂ ਹਾਂਜੀ ਹਾਂਜੀ ਆਹ ਮੌਸਮ ਤਾਂ ਠੀਕ ਆ, ਜਨਵਰੀ ਦੇ ਵਿੱਚ, ਦਸੰਬਰ 'ਚ, ਹਾਂਜੀ ਜਨਵਰੀ ਦੇ ਵਿੱਚ ਨਾ। ਇਹਨੂੰ ਸਾਰਾ ਪਾਣੀ ਖਿੱਚ ਲੈਣਾ, ਅੰਦਰੋਂ ਪਾਣੀ ਸਾਰਾ ਖਿੱਚ ਲੈਣਾ। ਇੱਕ ਵਜੇ ਤੋਂ ਲੱਗੇ ਹੋਏ ਨੇ ਹਜੇ ਤੱਕ, ਟਾਈਮ ਦੇਖੋ 4:30 ਹੋ ਗਏ। ਆਹ ਸੋਫਾ ਹਜੇ ਹੋਇਆ ਨਹੀਂ, ਇਹ ਹੋ ਰਿਹਾ, ਅਤੇ ਉਹ ਦੂਸਰਾ ਦੇਖੋ ਕਿੰਨਾ ਸ਼ਾਈਨ ਕਰ ਰਿਹਾ, ਉਹ ਦੂਰ ਤੋਂ ਹੀ ਪਤਾ ਲੱਗ ਰਿਹਾ ਉਹ ਕਲੀਅਰ ਹੋ ਗਿਆ। ਦੇਖੋ ਵੀਰ ਜੀ ਉਹਨਾਂ ਨੇ ਕਿੰਨੇ ਸੋਹਣੇ ਬਣਾ ਤੇ ਸੋਫੇ, ਬਿਲਕੁਲ ਕਲੀਅਰ, ਸਵੇਰ ਦੇ ਲੱਗੇ ਨੇ, ਸ਼ਾਮ ਹੋ ਗਈ, ਬਹੁਤ ਹੀ ਜ਼ਿਆਦਾ ਵਧੀਆ ਕੰਮ ਕੀਤਾ, ਚਮਕ ਗਏ ਸੋਫੇ, ਹਜੇ ਗਿੱਲੇ ਨੇ। ਇਹ ਹੈਗੇ ਅਮਨ ਵੀਰ ਜੀ,
ਤੇ ਇਹਨਾਂ ਨੇ ਸਾਰਾ ਡਰਾਈ ਕਲੀਨ ਦਾ ਕੰਮ ਕੀਤਾ, ਸੋਫਿਆਂ ਦਾ ਬਹੁਤ ਸੋਹਣਾ ਕੀਤਾ। ਤੇ ਵੀਰ ਜੀ ਤੁਸੀਂ ਕਿੱਥੋਂ ਆਏ ਹੋ? ਮੈਂ ਨੰਬਰ ਸ਼ੇਅਰ ਕਰ ਦੂੰਗੀ ਵੀਰ ਜੀ ਦਾ ਸਕਰੀਨ ਤੇ।